ਤੁਹਾਨੂੰ ਹਜ਼ਾਰ ਰੁਪਏ ਕਰਦਾ। ਉਹ ਸਰਦਾਰੀ ਦਾ ਪੱਠਾ ਕਹਿਣ ਲੱਗਾ, ਉਹ ਕਹਿਣ ਲੱਗਾ ਉਹ ਮੰਨੀ ਦਾ ਹਲਵਾ ਜਿਹੜਾ ਨਾ ਕੰਮ ਹੋਇਆ। ਮੈਂ ਤਾਂ ਪੁੱਤਰ ਹਲਵਾ ਤਾਂ ਸਾਡਾ ਕਈ ਗੁਣਾ ਵੱਧ ਗਿਆ ਫਾਇਦਾ ਬਾਅਦ ਚ। ਸ਼ਰਾਬਾਂ ਨੂੰ ਖਤਰਾ ਪੈ ਗਿਆ, ਇਹ ਤੁਹਾਡੀਆਂ ਪਤਕਾਰੀਆਂ ਨੂੰ ਖਤਰਾ ਪੈ ਗਿਆ, ਇਹ ਤੁਹਾਡੇ ਨਾਲ ਲੁੱਟ ਮਾਰ ਨੂੰ ਖਤਰਾ ਪੈ ਗਿਆ। ਯਾਰ ਮੁਹੰਮਦ ਅਰਬੀ ਦਾ ਦੀਨ ਆਇਆ ਤਾਂ ਫਿਰ ਮੂਤਰ ਪਿੰਡ ਦੀ ਇਜਾਜ਼ਤ ਨਹੀਂ ਨਾ ਹੋਣੀ। ਪਿਸ਼ਾਬ ਤੇ ਸ਼ਰਾਬ ਵਿੱਚ ਫਰਕ ਤੇ ਕੋਈ ਨਹੀਂ ਇਸਲਾਮ ਪਰ, ਪਤਾ ਇਸ ਗੱਲ ਉਹ ਖਤਰਾ ਤੁਹਾਡੀ ਸ਼ਰਾਬ ਨੂੰ ਪਿਆ। ਸਾਡਾ ਹਲਵਾ 1400 ਸਾਲ ਪੁੱਤਰ ਜਾਰੀ ਹੈ ਤੇ ਕਿਆਮਤ ਤੱਕ ਸਾਨੂੰ ਹਲਵਾ ਲੱਭਦੇ ਰਹਿਣਾ। ਟੱਟੂ ਵੱਖ ਵੱਖ ਕਰਨਾ ਲੋਂਡਿਆ, ਤੁਮੇ ਸ਼ਰਮ ਵੀ ਨਹੀਂ ਆਤੀ ਐਸੇ ਬਜ਼ੁਰਗੋ ਸੇ ਬਾਤੇ ਕਰਦਾ ਹੈ, ਮੇਰੇ ਜੈਸੇ ਹਮਸੇ ਕੁਰਾਨ ਪੱਕੇ ਨਾਲ ਬਕਵਾਸ ਕਰਨਾ, ਹਲਵੇ ਕੀ ਬਾਤੇ ਕਰਦਾ ਹੈ। ਹਮੇ ਮਾਲਿਕ ਘਰ ਵੀ ਬਿਠਾ ਕਰ ਹਲਵਾ ਦੇਤੇ ਹੈ, ਯਹਾਂ ਆਏ ਹਮ ਜਹਾਂ ਵੀ ਹਲਵਾ ਮੇ ਮਿਲਤਾ ਹੈ, ਤੂੰ ਬਤਾ ਤੁਝੇ ਵਿਸ਼ਵਾਸ ਕਹਾਂ ਕਹਾਂ ਸੇ ਮਿਲਤਾ ਹੈ। ظالم باپ کی مظلوم بیٹی کے بیٹے ہم سے منہ نہ کھلا، ہم تو چپ ہیں، ہم تو منہ ہی نہیں لگانا چاہتے۔ اے گل تسی تے سمجھ نہیں ہے، گل پیڑا ہو پھکیا ہو سبحان اللہ کیا بات، جڑا کر دے ہو گیا ہم کا ਧਰਨੇ ਦਾ ਇਮਰਾਨ ਵੀ ਦਿੱਤੇ ਹੋਰ ਵੀ ਦਿੱਤੇ, ਸਾਡਾ ਧਰਨਾ ਕਿਉਂ ਬੰਦ ਕਰ ਗਿਆ, ਕਿਉਂ ਜਨਾਬ ਸਾਡਾ ਧਰਨਾ ਇਧਰੋਂ ਬੰਦ ਕਰ ਗਿਆ। ਗੱਲ ਵਿੱਚ ਹੋਰ ਗਲੀ ਗਲੀ ਮਾਲੇ ਮਾਲੇ ਆਇਆ